ਸਸਤੀਕਾਲ ਸਾਰੇ ਦਰਸ਼ਕਾਂ ਨੂੰ ਦੇਖ ਰਹੇ ਦਰਸ਼ਕਾਂ ਨਾਲ ਇੱਕ ਵਾਕਾ ਸਾਂਝਾ ਕਰਨ ਲੱਗਾ ਜੋ ਅੱਜ ਮੇਰੇ ਨਾਲ ਬੀਤਿਆ। ਮੈਂ ਤੁਹਾਨੂੰ ਦੱਸਦਾ ਕਿ ਇਹ ਜੋ ਰਿਪੋਰਟ ਦੇਖ ਪਾ ਰਹੇ ਹੋ ਇਹ ਮਹਾਜਨ ਹਸਪੀਟਲ ਦੀਨਾਨਗਰ ਨੀਅਰ ਲੰਡਨ ਸਪਾਈਸ ਦੇ ਲਾਗੇ ਹਸਪੀਟਲ ਜੋ ਹੱਡੀਆਂ ਦਾ ਉੱਥੋਂ ਕਰਵਾਈ ਗਈ ਰਿਪੋਰਟ ਹੈ ਜਿਹੜਾ ਕਿ ਐਕਸਰੇ ਹੈ। ਤੇ ਐਕਸਰੇ ਜਦੋਂ ਮੈਂ ਕਰਵਾਇਆ ਹੈ ਤੁਸੀਂ ਦੇਖ ਪਾ ਰਹੇ ਦੋ ਐਕਸਰੇ ਮੈਂ ਕਰਵਾਏ ਆ, ਦੋਨਾਂ ਵਿੱਚ ਅਲੱਗ ਅਲੱਗ ਜਿਹੜਾ ਪੋਜੀਸ਼ਨ ਦੇ ਵਿੱਚ ਐਕਸਰੇ ਕਰਵਾਏ ਆ। ਸੋ ਇਹ ਐਕਸਰੇ ਜਿਹੜੇ ਆ ਮੇਰੇ ਨਾਮ ਤੇ ਹੈ ਮਹਾਜਨ ਹਸਪੀਟਲ, ਉੱਥੇ ਨਾਮ ਵੀ ਆ ਰਿਹਾ, ਤਰੀਕ ਵੀ ਆ ਰਹੀ ਹੈ। ਸੋ ਵੱਡੀ ਗੱਲ ਇਹ ਮੁੱਦੇ ਵਾਲੀ ਗੱਲ ਹੈ ਕਿ ਜਦੋਂ ਵੀ ਆਪਾਂ ਐਕਸਰੇ ਕਰਵਾਉਂਦੇ ਹਾਂ ਐਕਸਰੇ ਦੇ ਨਾਲ ਨਾਲ ਇੱਕ ਰਿਪੋਰਟ ਆਉਂਦੀ ਹੈ ਜੋ ਕਿ ਰੇਡੀਓਲੋਜਿਸਟ ਤਿਆਰ ਕਰਕੇ ਦਿੰਦਾ ਕਿ ਜਿਹੜੇ ਮੈਂ ਐਕਸਰੇ ਕੀਤੇ ਇਹਦੇ ਵਿੱਚ ਮੈਨੂੰ ਕੀ ਨਜ਼ਰ ਆਇਆ। ਉਹਦੇ ਬਾਰੇ ਗੱਲ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਕਿ ਜਦੋਂ ਮੈਂ ਐਕਸਰੇ ਕਰਵਾਇਆ ਤੇ ਮੈਨੂੰ ਰਿਪੋਰਟ ਦੇ ਨਹੀਂ ਦਿੱਤੀ ਗਈ, ਮੈਨੂੰ ਸਿਰਫ ਸਿਰਫ ਐਕਸਰੇ ਦਿੱਤੇ ਗਏ ਆ, ਰਿਪੋਰਟ ਨਹੀਂ ਦਿੱਤੀ ਗਈ। ਮੈਂ ਮੰਗ ਕੀਤੀ ਕਿ ਮੈਨੂੰ ਸਰ ਰਿਪੋਰਟ ਦਿੱਤੀ ਜਾਵੇ ਜੋ ਉਹਨਾਂ ਦਾ ਸਟਾਫ ਸੀਗਾ ਹੋਸਪਿਟਲ ਦਾ। ਸੋ ਮੈਡਮ ਨੇ ਕਿਹਾ ਕਿ ਅਸੀਂ ਰਿਪੋਰਟ ਨਹੀਂ ਸਰ ਦੇ ਸਕਦੇ। ਮੈਂ ਕਿਹਾ ਮੈਡਮ ਰਿਪੋਰਟ ਤਾਂ ਸਾਰੇ ਦਿੰਦੇ ਆ ਨਾਲ, ਤੇ ਤੁਸੀਂ ਮੈਨੂੰ ਰਿਪੋਰਟ ਕਿਉਂ ਨਹੀਂ ਦੇ ਰਹੇ? ਜਦੋਂ ਉਹਨਾਂ ਨੇ ਆਪਣੇ ਸਰ ਨੂੰ ਪੁੱਛਿਆ, ਡਾਕਟਰ ਸਾਹਿਬ ਨੂੰ ਪੁੱਛਿਆ, ਹੋਸਪਿਟਲ ਦੇ ਜਿਹੜੇ ਡਾਕਟਰ ਸਾਹਿਬ ਹੈਗੇ ਆ, ਉਹਨਾਂ ਨੇ ਕਿਹਾ ਕਿ ਅਸੀਂ ਰਿਪੋਰਟ ਨਹੀਂ ਦੇ ਸਕਦੇ ਇਹਨਾਂ ਨੂੰ, ਇਹਨਾਂ ਨੂੰ ਕਹਿ ਦਿਓ। ਮੈਡਮ ਆਏ, ਮੈਡਮ ਕਹਿੰਦੇ ਅਸੀਂ ਰਿਪੋਰਟ ਨਹੀਂ ਜੀ ਦੇ ਸਕਦੇ। ਮੈਂ ਕਿਹਾ ਮੈਡਮ ਮੈਨੂੰ ਤਾਂ ਰਿਪੋਰਟ ਚਾਹੀਦੀ ਹੈ, ਮੈਂ ਕਿਸ ਤਰ੍ਹਾਂ ਦੇਖਾਂ ਇਹਦੇ ਵਿੱਚ ਵੀ ਮੈਨੂੰ ਕੀ ਪ੍ਰੋਬਲਮ ਆਈ ਹੈ, ਮੈਂ ਕਿਵੇਂ ਪੜ੍ਹ ਸਕਣਾ? ਜੇਕਰ ਮੈਂ ਕਿਸੇ ਡਾਕਟਰ ਨਾਲ ਅੱਗੇ ਕੰਸਲਟ ਕਰਵਾਵਾਂਗਾ ਜਾਂ ਦੱਸਾਂਗਾ ਜਾਂ ਮੇਰੀ ਪਹੁੰਚ ਹੋਊਗੀ ਤੇ ਮੈਂ ਜਾਵਾਂਗਾ। ਫਿਲਹਾਲ ਮੈਂ ਤਾਂ ਚੈੱਕ ਕਰਾਂ ਕਿ ਮੇਰੀ ਰਿਪੋਰਟ ਦੇ ਵਿੱਚ ਕੀ ਆਇਆ। ਸੋ ਜੋ ਰੇਡੀਓਲੋਜਿਸਟ ਰਿਪੋਰਟ ਦਿੰਦਾ ਉਹ ਮੈਨੂੰ ਦਿੱਤੀ ਜਾਵੇ। ਸੋ ਡਾਕਟਰ ਸਾਹਿਬ ਦਾ ਉਦੋਂ ਕਹਿਣਾ ਸੀਗਾ ਕਿ ਸਾਡੇ ਕੋਲ ਰੇਡੀਓਲੋਜਿਸਟ ਹੈਗਾ ਹੀ ਨਹੀਂ। ਸੋ ਮੇਰਾ ਜਿਹੜਾ ਐਕਸਰਾ ਕੀਤਾ ਉਹ ਪਤਾ ਨਹੀਂ ਕਿਹਦੇ ਕੋਲੋਂ ਕਰਵਾਇਆ ਗਿਆ, ਕਿਹੜਾ ਟੈਕਨੀਸ਼ੀਅਨ ਸੀਗਾ, ਅਥੋਰਾਈਜ਼ ਸੀਗਾ, ਅਨਅਥੋਰਾਈਜ਼ ਸੀਗਾ, ਉਹਨੂੰ ਕਰਨਾ ਆਉਂਦਾ ਸੀਗਾ, ਨਹੀਂ ਆਉਂਦਾ ਸੀਗਾ, ਮੈਨੂੰ ਨਹੀਂ ਪਤਾ। ਪਰ ਜਿਹੜੇ ਵੀ ਉਹ ਆਦਮੀ ਨੇ ਕੀਤਾ ਮੈਂ ਭਲੀ ਭਾਂਤੀ ਉਹਨੂੰ ਵੇਖਿਆ। ਸੋ ਐਕਸਰੇ ਮਸ਼ੀਨ ਅੰਦਰ ਲੱਗੀ ਹੋਈ ਆ, ਪਰ ਇਹਨਾਂ ਨੂੰ ਰਿਪੋਰਟ ਨਹੀਂ ਦੇਣੇ ਆਉਂਦੀ ਜਾਂ ਰਿਪੋਰਟ ਦੇਣ ਲਈ ਐਲੀਜੀਬਲ ਨਹੀਂ ਹੈਗੇ। ਸੋ ਮੈਂ ਸਰ ਨੂੰ ਕਿਹਾ ਸਰ 800 ਰੁਪਇਆ ਪੇ ਕੀਤਾ, ਮੈਨੂੰ ਤਾਂ ਰਿਪੋਰਟ ਚਾਹੀਦੀ ਆ। ਉਹ ਕਹਿੰਦੇ ਕਿ ਜੇ ਡਾਕਟਰ ਸਾਹਿਬ ਨੂੰ ਮਿਲਣਾ 100 ਰੁਪਏ ਦੀ ਪਰਚੀ ਕਟਾਓ, ਡਾਕਟਰ ਸਾਹਿਬ ਨੂੰ ਤੁਹਾਡੇ ਨਾਲ ਮਿਲਾ ਦਿਆਂਗੇ। ਮੈਂ ਕਿਹਾ ਮੈਡਮ 800 ਰੁਪਇਆ ਖਰਚਾ ਹੈ ਥੋੜ੍ਹਾ, 100 ਹੋਰ ਮੰਗ ਰਹੇ ਹੋ, ਡਾਕਟਰ ਸਾਹਿਬ ਨਾਲ ਮਿਲਾਓ ਮੈਨੂੰ ਜਾਂ ਰੇਡੀਓਲੋਜਿਸਟ ਨਾਲ ਮਿਲਾਓ ਜਿਹੜਾ ਵੀ ਤੁਹਾਡਾ ਇੱਥੇ ਹੈਗਾ, ਜਿਹਦੀ ਦੇਖ ਰੇਖ ਦੇ ਵਿੱਚ ਐਕਸਰੇ ਮਸ਼ੀਨ ਚੱਲ ਰਹੀ ਹੈ। ਉਹ ਕਹਿੰਦੇ ਕਿ ਜੇ ਡਾਕਟਰ ਨੂੰ ਮਿਲਣਾ 100 ਰੁਪਇਆ ਤਾਂ ਤੁਹਾਨੂੰ ਫੀਸ ਦੇਣੀ ਪਵੇਗੀ। ਸੋ ਫਿਰ ਮੈਂ ਆਪਣੇ ਫੋਨ ਨੰਬਰ ਤੋਂ ਡਾਕਟਰ ਸਾਹਿਬ ਨੂੰ ਕਾਲ ਕੀਤੀ ਹੈ, ਡਾਕਟਰ ਸਾਹਿਬ ਅੰਦਰ ਬੈਠੇ ਆ, ਬਾਹਰ ਸਭ ਕੁਝ ਦੇਖ ਰਹੇ ਆ। ਮੈਂ ਡਾਕਟਰ ਸਾਹਿਬ ਮੈਨੂੰ ਨਾ ਰਿਪੋਰਟ ਚਾਹੀਦੀ ਸੀ, ਕਹਿੰਦੇ ਅਸੀਂ ਨਹੀਂ ਦੇ ਸਕਦੇ। ਮੈਂ ਕਿਹਾ ਸਰ ਘੱਟੋ ਘੱਟ ਮੈਨੂੰ ਲਿਖ ਕੇ ਤਾਂ ਦੇ ਦਿਓ ਵੀ ਕੀ ਆਇਆ ਵਿੱਚ, ਕੀ ਨਜ਼ਰ ਆਇਆ ਐਕਸਰੇ ਦੇ ਵਿੱਚ। ਕਹਿੰਦੇ ਜਾਂ ਤਾਂ ਡਾਕਟਰ ਨੂੰ ਮਿਲੋ ਜਾਂ 100 ਰੁਪਏ ਦੀ ਪਰਚੀ ਕਟਾ ਕੇ ਅੰਦਰ ਆ ਜਾਓ। ਮੈਂ ਕਿਹਾ ਸਰ ਰਿਪੋਰਟ ਤਾਂ ਸਾਰੇ ਹੀ ਦਿੰਦੇ ਆ, ਜੇ ਕਿਸੇ ਲੈਬੋਰੇਟਰੀ ਤੋਂ ਜਾਂ ਕਿਸੇ ਸੈਂਟਰ ਤੋਂ ਆਪਾਂ ਕਰਵਾਉਂਦੇ ਹਾਂ ਤੇ ਜਿਹੜਾ ਰੇਡੀਓਲੋਜਿਸਟ ਹੁੰਦਾ ਉਹ ਸਾਨੂੰ ਰਿਪੋਰਟ ਨਾਲ ਦੇ ਦਿੰਦਾ ਤੇ ਅਸੀਂ ਵੀ ਪੜ੍ਹ ਸਕਦੇ ਹਾਂ, ਅੱਗੇ ਡਾਕਟਰ ਨੂੰ ਦਿਖਾਈ ਉਹ ਵੀ ਪੜ੍ਹ ਸਕਦਾ। ਉਹ ਕਹਿੰਦੇ ਕਿ ਨਹੀਂ ਜੀ ਆਪਾਂ ਨਹੀਂ ਦਿੰਦੇ। ਸੋ ਫਿਰ ਮੈਂ ਉੱਥੋਂ ਆ ਕੇ ਪੱਤਰਕਾਰ ਸਾਥੀਆਂ ਨਾਲ ਗੱਲਬਾਤ ਕੀਤੀ ਸਾਂਝੀ, ਸੋ ਹੋਰ ਵੀ ਸੱਜਣਾਂ ਨਾਲ ਗੱਲਬਾਤ ਸਾਂਝੀ ਕੀਤੀ ਤੇ ਉਹਨਾਂ ਨੇ ਕਿਹਾ ਕਿ ਇੱਕ ਰੇਡੀਓਲੋਜਿਸਟ ਜਿਹੜਾ ਹੈ ਉਹ ਰਿਪੋਰਟ ਦੇ ਸਕਦਾ, ਸ਼ਾਇਦ ਇਹਨਾਂ ਕੋਲ ਨਾ ਹੋਵੇ ਉਹ। ਫਿਰ ਜਿਹੜੀ ਗੱਲਬਾਤ ਡਾਕਟਰ ਸਾਹਿਬ ਨਾਲ ਮੇਰੀ ਹੋਈ ਹੈ, ਨਾਲ ਪੱਤਰਕਾਰ ਸਾਥੀ ਗਏ ਸੀ, ਉਹਨਾਂ ਨਾਲ ਜਿਹੜੀ ਗੱਲਬਾਤ ਡਾਕਟਰ ਸਾਹਿਬ ਨੇ ਕੀਤੀ ਹੈ, ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਮੈਨੂੰ ਸਿੱਧੇ ਆ ਕੇ ਮਿਲ ਲੈਂਦਾ, ਗੱਲ ਹੀ ਮੁੱਕ ਜਾਂਦੀ। ਸਿੱਧੇ ਆ ਕੇ ਤਾਂ ਮਿਲਣ ਨਹੀਂ ਦਿੱਤਾ ਇਹਨਾਂ ਨੇ, ਕਹਿੰਦੇ 100 ਰੁਪਇਆ ਲੱਗਣਾ ਪਰਚੀ ਕਟਾ। ਪਹਿਲਾਂ ਤਾਂ ਸਟਾਫ ਨੇ ਮੇਰਾ ਐਕਸਰੇ ਕੀਤਾ, ਸਟਾਫ ਨੇ ਐਕਸਰੇ ਕੀਤਾ ਆ, 800 ਰੁਪਇਆ ਲਿਆ, ਗੂਗਲ ਪੇ ਕੀਤਾ, ਪਰੂਫ ਹੈਗਾ ਜਿਹਦੇ ਨਾਲ। ਐਕਸਰੇ ਕਰਾਉਣ ਤੋਂ ਬਾਅਦ ਮੈਂ ਕਿਹਾ ਡਾਕਟਰ ਸਾਹਿਬ ਨੂੰ ਮਿਲਾਓ, ਤੇ ਕਹਿੰਦੇ 100 ਰੁਪਏ ਦੀ ਪਰਚੀ ਕਟਾਓ ਫਿਰ ਮਿਲਣ ਦੇਵਾਂਗੇ। ਸੋ ਸਰ ਮੈਂ ਜਦੋਂ 800 ਰੁਪਇਆ ਖਰਚ ਚੁੱਕਿਆ, ਮੈਂ ਕਿੱਦਾਂ ਸਿੱਧੇ ਆਉਣਾ ਸੀ ਤੇ ਮੈਂ 100 ਹੋਰ ਦੇ ਕੇ ਆਉਂਦਾ ਤੁਹਾਡੇ ਕੋਲ, ਫਿਰ ਹੀ ਆਉਂਦਾ।
ਸੋ ਇਹ ਸਾਰੀ ਗੱਲਬਾਤ ਤੁਸੀਂ ਦੇਖੋ ਡਾਕਟਰ ਸਾਹਿਬ ਕਿੱਦਾਂ ਹਿਚਕਚਾ ਰਹੇ ਆ ਗੱਲ ਤੋਂ। ਸੋ ਡਾਕਟਰ ਸਾਹਿਬ ਕੋਈ ਰੇਡੀਓਲੋਜਿਸਟ ਨਹੀਂ ਹੈਗਾ, ਇੱਕ ਟੈਕਨੀਸ਼ੀਅਨ ਦੱਸ ਰਹੇ ਆ ਜਿਹਨਾਂ ਨੇ ਮੇਰਾ ਐਕਸਰੇ ਕੀਤਾ, ਉਹਦਾ ਪਤਾ ਨਹੀਂ ਉਹਨੇ ਕੋਈ ਕੀਤਾ ਐਕਸਪੀਰੀਅੰਸ ਹੈਗਾ ਉਹਨੂੰ ਜਾਂ ਨਹੀਂ ਹੈਗਾ। ਸੋ ਇਹ ਸਾਰੇ ਵਾਕਿਆ ਮੇਰੇ ਨਾਲ ਹੋਇਆ ਅਤੇ ਮੇਰੇ ਕੋਲ ਅੱਜ ਇਹ ਦੋ ਫਿਲਮਾਂ ਆਈਆਂ ਸਿਰਫ, ਕੋਈ ਵੀ ਰਿਪੋਰਟ ਨਹੀਂ ਹੈ, ਇਹਨੂੰ ਮੈਂ ਬਿਲਕੁਲ ਨਹੀਂ ਸਮਝ ਸਕਦਾ ਵੀ ਇਹਦੇ ਵਿੱਚ ਕੀ ਆਇਆ ਕੀ ਨਹੀਂ ਆਇਆ। ਸੋ ਜਿਹਦੇ ਨਾਲ ਮੈਂ ਪੜ੍ਹ ਸਕਦਾ ਸੀ ਜਿਹੜੀ ਰਿਪੋਰਟ ਨਾਲ ਮਿਲਦੀ ਆ ਉਹ ਮੈਨੂੰ ਨਹੀਂ ਦਿੱਤੀ ਗਈ, ਨਾ ਹੋਸਪਿਟਲ ਨੇ ਦਿੱਤੀ, ਨਾ ਕਿਤੋਂ ਬਾਹਰੋਂ ਕਰਵਾ ਕੇ ਦਿੱਤੀ, ਨਾ ਹੀ ਕੋਈ ਦੇਣ ਦਾ ਆਸ਼ਵਾਸਨ ਦਿੱਤਾ, ਸਿਰਫ ਔਰ ਸਿਰਫ ਇਨਕਾਰ ਕਰ ਦਿੱਤਾ। ਹੁਣ ਮੈਂ ਉਮੀਦ ਕਰਦਾ, ਆਸ ਕਰਦਾ ਕਿ ਸੰਬੰਧਿਤ ਮਹਿਕਮੇ ਤੋਂ ਅਪੀਲ ਵੀ ਕਰਦਾ ਕਿ ਇਹਨਾਂ ਜਿਹੜੇ ਹੋਸਪਿਟਲਾਂ ਦੇ ਛਾਣਬੀਣ ਕੀਤੀ ਜਾਵੇ, ਇਹ ਹੋਸਪਿਟਲਾਂ ਦੀ ਜਿਹੜੀ ਜਾਂਚ ਕੀਤੀ ਜਾਵੇ ਤਾਂ ਜੋ ਪਤਾ ਲੱਗ ਸਕੇ ਕਿ ਇਹ ਅਥੋਰਾਈਜ਼ਡ ਹਨ ਐਕਸਰੇ ਕਰਨ ਲਈ ਜਾਂ ਨਹੀਂ। ਐਕਸਰੇ ਮਸ਼ੀਨਾਂ ਲਗਾ ਲਈਆਂ ਅਤੇ ਰੇਡੀਓਲੋਜਿਸਟ ਨਹੀਂ ਰੱਖਿਆ, ਫਿਰ ਵੀ ਐਕਸਰੇ ਕਰ ਰਹੇ ਆ। ਸੋ ਕਿਸ ਤਰ੍ਹਾਂ ਕਰ ਰਹੇ ਆ, ਕੀ ਅਥੋਰਾਈਜ਼ਡ ਹੈ? ਜੇ ਅਥੋਰਾਈਜ਼ਡ ਹੈ ਫਿਰ ਕੋਈ ਵੀ ਆਮ ਬੰਦਾ ਐਕਸਰੇ ਮਸ਼ੀਨ ਲਗਾ ਕੇ ਐਕਸਰੇ ਕਰਨਾ ਸ਼ੁਰੂ ਕਰ ਦੇਵੇਗਾ, ਫਿਰ ਤਾਂ ਡਿਗਰੀਆਂ ਦੀ ਲੋੜ ਹੀ ਨਹੀਂ, ਫਿਰ ਤਾਂ ਐਕਸਪੀਰੀਅੰਸ ਮੈਟਰ ਹੀ ਨਹੀਂ ਕਰਦਾ ਉੱਥੇ। ਸੋ ਇਹ ਸਾਰੀਆਂ ਗੱਲਾਂ ਕਰਦੇ ਹੋਏ ਮੈਂ ਤੁਹਾਨੂੰ ਵੀ ਆਗਾਹ ਕਰਨਾ ਚਾਹੁੰਦਾ, ਜੇਕਰ ਤੁਸੀਂ ਮਹਾਜਨ ਹੋਸਪਿਟਲ ਜਾ ਰਹੇ ਹੋ ਐਕਸਰੇ ਕਰਵਾਉਣ, ਤਾਂ ਤੁਸੀਂ ਇਹ ਚੀਜ਼ਾਂ ਦਾ ਖਾਸ ਧਿਆਨ ਰੱਖਿਓ ਕਿ ਉਹ ਰਿਪੋਰਟ ਨਹੀਂ ਜੇ ਦਿੰਦੇ, ਜਿਹੜਾ ਮਰਜ਼ੀ ਜਾ ਕੇ ਉੱਥੇ ਐਕਸਰੇ ਕਰਾ ਸਕਦਾ ਪਰ ਉਹ ਰਿਪੋਰਟ ਨਹੀਂ ਦਿੰਦੇ। ਅਤੇ ਜੇ ਡਾਕਟਰ ਨੂੰ ਤੁਸੀਂ ਮਿਲਣਾ ਹੋਵੇ ਐਕਸਰੇ ਕਰਾ ਕੇ 800 ਰੁਪਇਆ ਖਰਚ ਕੇ, ਤੁਸੀਂ ਕਹੋ ਕਿ ਮੈਨੂੰ ਡਾਕਟਰ ਨੂੰ ਤੇ ਮਿਲਾਓ ਕਿ ਇਹਦੇ ਵਿੱਚ ਆਇਆ ਕੀ ਹੈ, ਅਤੇ ਉਹ ਤੁਹਾਨੂੰ ਕਹਿਣਗੇ 100 ਰੁਪਏ ਦੀ ਪਰਚੀ ਕਟਾਓ ਅਤੇ ਅੰਦਰ ਜਾਓ, ਫਿਰ ਤੁਹਾਨੂੰ ਉਹ ਦੱਸਣਗੇ ਪਰ ਲਿਖ ਕੇ ਫਿਰ ਵੀ ਨਹੀਂ ਦੇਣਗੇ। ਸੋ ਇਹ ਸਾਰਾ ਵਾਕਿਆ ਹੋਇਆ। ਹੁਣ ਇਹਦੀ ਮੈਂ ਕੰਪਲੇਂਟ ਜਿਹੜੀ ਆ ਆਨਲਾਈਨ ਵੀ ਕਰਾਂਗਾ ਪੋਰਟਲ ਤੇ, 104 ਨੰਬਰ ਤੇ ਵੀ ਕਰਾਂਗਾ, ਸਿਵਲ ਸਰਜਨ ਗੁਰਦਾਸਪੁਰ ਨੂੰ ਵੀ ਕਰਾਂਗਾ। ਸੋ ਉਮੀਦ ਕਰਾਂਗਾ ਮੇਰੀ ਸੁਣਵਾਈ ਹੋਵੇਗੀ। ਇਸ ਤਰ੍ਹਾਂ ਦੀ ਜਿਹੜੀ ਲੁੱਟ ਹੈ, ਜਿਹੜੇ ਲੋਕਾਂ ਨਾਲ ਸ਼ੋਸ਼ਣ ਹੋ ਰਿਹਾ, ਲੋਕਾਂ ਨਾਲ ਲੁੱਟ ਸੁੱਟ ਕਰ ਰਹੇ ਆ, ਇਸ ਤਰ੍ਹਾਂ ਦੇ ਹੋਸਪਿਟਲ ਜਿਹੜੇ ਕਿ ਅਧੂਰਾ ਕੰਮ ਜਿਹੜਾ ਕਰਕੇ ਤੇ ਪੈਸੇ ਪੂਰੇ ਵਸੂਲ ਰਹੇ ਆ, ਸੋਹਣਾ ਉੱਤੇ ਜਿਹੜੀ ਬਣਦੀ ਕਾਰਵਾਈ ਜ਼ਰੂਰ ਹੋ ਸਕੇ। ਵੀਡੀਓ ਨੂੰ ਸ਼ੇਅਰ ਕਰਨਾ ਤੁਹਾਡਾ ਵੀ ਫਰਜ਼ ਬਣਦਾ, ਕਿਉਂਕਿ ਇਹ ਜੋ ਮੈਡੀਕਲ ਲਾਈਨ ਹੈ ਇਹਦੇ ਵਿੱਚ ਕਾਫੀ ਇਸ ਤਰ੍ਹਾਂ ਦੀ ਲੁੱਟ ਸੁੱਟ ਹੋ ਰਹੀ ਹੈ। ਸੋ ਜੇ ਇਹ ਹੋਸਪਿਟਲ ਗਲਤ ਹੋਵੇਗਾ ਤੇ ਜ਼ਰੂਰ ਇਹਦੇ ਉੱਤੇ ਕਾਰਵਾਈ ਜਿਹੜੀ ਹੈ ਉਸਦੀ ਅਸੀਂ ਮੰਗ ਕਰਦੇ ਹਾਂ, ਇਸ ਦੀ ਜਾਂਚ ਕੀਤੀ ਜਾਵੇ। ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ, ਇੱਕ ਮਾਮਲਾ ਆਇਆ ਸਾਡੇ ਧਿਆਨ ਦੇ ਵਿੱਚ ਕਿ ਬੰਦਾ ਜੇ ਤੁਹਾਡੇ ਤੋਂ ਐਕਸਰਾ ਕਰਾਇਆ ਤੇ ਤੁਹਾਡੀ ਅਥਾਰਟੀ ਬਣਦੀ ਹੈ ਕਿ ਉਸਨੂੰ ਰਾਈਟਿੰਗ ਕਰਕੇ ਲਿਖ ਕੇ ਦੇਣਾ, ਜੇ ਪਰਚੀ ਕਟਾਈ ਜਾਏ ਤੇ, ਜੇ ਟ੍ਰੀਟਮੈਂਟ ਦੀ ਦਿਖਾਉਣ ਦੀ ਪਰਚੀ ਕਟਾਈ ਜਾਏ ਫਿਰ ਮੇਰੀ ਰਾਈਟਿੰਗ ਹੈ, ਠੀਕ ਹੈ ਨਾ? ਨਹੀਂ, ਤੁਹਾਡਾ ਕੀ ਕਹਿਣਾ, ਤੁਹਾਡੀ ਰਿਪੋਰਟ ਬਣਦੀ ਹੈ ਜਾਂ ਨਹੀਂ ਬਣਦੀ? ਤੁਸੀਂ ਰਿਪੋਰਟ ਲਿਖ ਕੇ ਨਹੀਂ ਦਿੰਦੇ? ਨਹੀਂ, ਲਿਖ ਸਕਦੇ ਹਾਂ ਜੇ ਪਰਚੀ ਕਟਾਉਂਦਾ ਯਾਰ, ਮੈਂ ਤਾਂ ਹੀ ਲਿਖਾਂਗਾ ਨਾ ਜੇ ਮੈਨੂੰ ਕੋਈ ਟ੍ਰੀਟਮੈਂਟ ਕਰਾਉਂਦਾ, ਉਹ ਕਹਿੰਦਾ ਮੈਂ ਸਿਰਫ ਐਕਸਰੇ ਕਰਾਉਣ ਆਇਆ ਸਿਰਫ, ਮੈਂ ਐਕਸਰੇ ਕੀਤਾ, ਐਕਸਰੇ ਕਰਤਾ। ਬਸ ਯਾਰ ਕੁਛ ਨਹੀਂ ਆਇਆ, ਮੈਂ ਅੰਦਰ ਬੈਠਾ, ਮੈਂ ਤਾਂ ਦੇਖਿਆ ਵੀ ਨਹੀਂ, ਮੈਨੂੰ ਤਾਂ ਜਾਣਦਾ ਸੀ, ਜੇ ਮੈਨੂੰ ਆ ਜਾਂਦਾ ਸੀ ਤਾਂ ਗੱਲ ਇੱਥੇ ਮੁੱਕ ਜਾਣੀ ਸੀ। ਮੈਨੂੰ ਕਿਹਾ ਹਾਂ ਕਿਸੇ ਚੀਜ਼ ਦੀ, ਪਹਿਲੇ ਕਹਿੰਦਾ ਕਿ ਮੈਨੂੰ ਰਿਪੋਰਟ ਚਾਹੀਦੀ ਹੈ, ਫਿਰ ਅਸੀਂ ਐਕਸਰੇ ਕਰਨਾ ਹੀ ਨਹੀਂ ਸੀ, ਇਹਨੇ ਕਹਿੰਦਾ ਐਕਸਰੇ ਕਰਵਾਉਣਾ, ਕੋਈ ਆਉਂਦੇ ਆਸ ਪਾਸ ਡਾਕਟਰ ਕਈ ਬੰਦੇ ਆ ਜਾਂਦੇ ਐਕਸਰੇ ਕਰਾਉਣ ਲਈ, ਸਿਰਫ ਕਰਾ ਕੇ ਚਲੇ ਜਾਂਦੇ। ਮੈਂ ਕੁੜੀ ਨੂੰ ਪੁੱਛਿਆ ਉਹਨਾਂ ਨੇ ਦਿਖਾਉਣਾ, ਕਹਿੰਦਾ ਨਹੀਂ ਦਿਖਾਉਣਾ ਨਹੀਂ ਹੈ, ਅਸੀਂ ਸਿਰਫ ਐਕਸਰੇ ਕਰਾਉਣਾ, ਡੈਟਸ ਇਟ, ਕੰਮ ਹੋ ਗਈ ਗੱਲ। ਬਾਅਦ ਚੋਂ ਜਦੋਂ ਹੋ ਗਿਆ ਫਿਰ ਮੈਨੂੰ ਰਿਪੋਰਟ ਚਾਹੀਦੀ ਹੈ, ਯਾਰ ਇਹਦੀ ਯਾਰ ਪਹਿਲੇ ਦੱਸ ਦਿੰਦਾ, ਅਸੀਂ ਕਰਾਉਣਾ ਕਰਨਾ ਹੀ ਨਹੀਂ ਸੀ, ਮੈਂ ਦਿਖਾਉਣਾ ਨਹੀਂ, ਮੈਨੂੰ ਰਿਪੋਰਟ ਚਾਹੀਦੀ ਹੈ। ਹੋ ਸਕਦਾ ਕਿ ਇਹ ਵਿਦਆਊਟ ਅਸੀਂ ਐਕਸਰਾ ਜਿਹੜਾ ਰਿਪੋਰਟ ਤੋਂ ਕਿਸੇ ਨੂੰ ਦੇ ਸਕਦੇ ਹਾਂ ਵੈਸੇ? ਨਹੀਂ, ਮੈਂ ਪਰਚੀ ਨਾਲ ਲਿਖਦਾ ਯਾਰ। ਹਾਂਜੀ, ਮੈਂ ਆਪਣੇ ਆਪਣੀ ਪਰਚੀ ਨਾਲ ਲਿਖ ਕੇ ਦਿੰਦਾ, ਜਦੋਂ ਅਸੀਂ ਆਪਣਾ ਐਕਸਰੇ ਕਰਾਉਂਦੇ ਹਾਂ ਲਿਖ ਕੇ ਦਿੰਦੇ ਹਾਂ ਸਰ। ਠੀਕ ਹੈ।